चल यार चलिए, बहुत टाइम हो यार रखा है। टाइम दे ला। कैमरा रेडी है भाई जी? मैं अभी इंटरव्यू दे के आया। न्यूज नेशन ने बुलाया मैंने, मैं न्यूज नेशन तो आया। जागो कड़ी जागो दे गले खराब कराए गए। देख लो गला भाई अपना ही है सारा बैठे हुआ थले। ते आज फाइनली वेडिंग है। ते एज ब्रदर हमेशा सिस्टर्स लिए कोई दुआ होंदी है कि अगली लाइफ हमेशा खुश रहे, तो उन्होंने अपनी फ्यूचर लाइफ लिए बेस्ट ऑफ लक। मथे उत्ते टिक्का जीवे शाही दरबार नी, हासिया तो हुंदी तेरे चाशनी त्यार नी। मथे उत्ते टिक्का जीवे शाही दरबार नी, हासिया तो हुंदी तेरे चाशनी त्यार नी। हासिया तो हुंदी तेरे चाशनी त्यार नी। अंबरा च उड़ ते जनोर गुंदला जे तू आखिता मैं गुत्त चला हार गुंदला जे तू आखिता मैं गुत्त चला हार गुंदला जे तू आखिता। हीरा जया साड़िया भी सत्र सहेली all about Pahul's wedding. We enjoyed a lot yesterday, Lady Sangeet, especially the all performances. We enjoyed a lot. Lots of blessings for Pahul. We wish best of luck for your future. Happy married life. Rab di so rab di jagah te tainu rakh di gaundi vereniya tu hi tu lel ma subah je tera naam hi uth ke ve mera sara din mithra rehnda mu lel ma subah je tera naam
ਸੁਣਾ ਸੁਭਾ ਜੇ ਤੇਰਾ ਨਾਮ ਹੀ ਉੱਠ ਕੇ ਮੇਰਾ ਸਾਰਾ ਦਿਨ ਮਿੱਠਾ ਰਹਿੰਦਾ ਅੱਜ ਸਾਡੀ ਬੇਟੀ ਪਾਵਲਪ੍ਰੀਤ ਕੌਰ ਦੀ ਸ਼ਾਦੀ ਕਰਨਜੀਤ ਸਿੰਘ ਨਾਰੰਗ ਨਾਲ ਹੋ ਰਹੀ ਹੈ। ਆਨੰਦ ਕਾਰਜ ਦੀ ਰਸਮ ਹੋ ਚੁੱਕੀ, ਹੁਣ ਦੋਨੇ ਵਿਆਹ ਦੇ ਬੰਧਨ 'ਚ ਬਣ ਚੁੱਕੇ ਆ। ਨਵੀਂ ਜ਼ਿੰਦਗੀ ਅੱਜ ਸਟਾਰਟ ਹੋ ਰਹੀ ਹੈ। ਪਰਮਾਤਮਾ ਉਹਦੇ 'ਤੇ ਮਿਹਰ ਭਰਿਆ ਹੱਥ ਰੱਖੇ। ਅਸੀਂ ਉਹਨੂੰ ਆਲਵੇ ਮਿਸ ਕਰਾਂਗੇ, ਕਿਉਂਕਿ ਉਹ ਸਾਡੇ ਘਰ ਦੇ ਸਾਰੇ ਬਾਜ਼ਾਰ ਦੇ ਕੰਮ, ਘਰ ਦਾ ਕੰਮ, ਕੁੜੀ ਇੰਨੀ ਸਾਡੀ ਇੰਟੈਲੀਜੈਂਟ ਆ। ਪਰਮਾਤਮਾ ਉਹਨੂੰ ਲੰਮੀਆਂ ਉਮਰਾਂ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ। ਸੋਹਣੇ ਨਾਲ ਸੋਹਣੀ ਚੰਗੀ ਲੱਗਦੀ ਤੁਰਦੀ ਖਹਿ ਕੇ Today's Pahul's wedding, after watching their performance, I give my blessing for their happy married life and hope they will enjoy a lot and my blessings are with them. Bade lambe samay to sanu intezar si ke ajj de din di ajj Pahul da jehda vyah da din aa chukya hai. Vaigru unna di umar lambi kare, unna da jeevan hamesha khushiyan bharya rahe. Vaigru apna mehr bharya hath unna de sir te hamesha banai rakhe. ਪਰਮਾਤਮਾ ਉਹਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ। ਮੇਰਾ ਉਹਨੂੰ ਇਹੀ ਆਸ਼ੀਰਵਾਦ। ਮੇ ਦੇ ਆਲ ਹੈਵ ਅ ਮੈਰਿਡ ਹੈਪੀ ਲਾਈਫ ਐਂਡ ਸਾਡੀਆਂ ਸਾਰਿਆਂ ਦੇ ਬਲੇਸਿੰਗਸ ਉਹਨਾਂ ਨਾਲ ਨੇ। ਗੋਡ ਬਲੇਸਡ। ਬੈਸਟ ਆਫ ਲੱਕ ਟੂ ਪਾਹੁਲ ਐਂਡ ਕਰਨ। ਆਲ ਦੀ ਬੈਸਟ। ਲਵ ਕਪੂਰੂ ਕਪੂਰੂ ਸ਼ਕੀਨ ਰੱਟ ਰੋਜ਼ ਵਾਰ ਗਾਣੀ ਪਵੇ ਬਾਹ ਛਿਰ ਕੀਨ ਝੂੜਾ ਮੇਰੇ। ਲਵ ਕਪੂਰੂ ਸ਼ਕੀਨ ਰੱਟ ਰੋਜ਼ ਵਾਰ ਗਾਣੀ ਪਵੇ ਬਾਹ ਛਿਰ ਵੱਡੀ ਗੱਲ ਇਹ ਵੀ ਪਾਹੁਲ ਉਹ ਖੁਸ਼ ਰਹੇ, ਖੁਸ਼ ਰਹੇ ਆਪਣੇ ਘਰ ਜਾ ਕੇ। ਇਹੀ ਆ, ਸਾਡੇ ਕੋਲੋਂ ਖੁਸ਼ੀ ਖੁਸ਼ੀ ਜਾਵੇ, ਅਗਲੇ ਘਰ ਜਾ ਕੇ ਖੁਸ਼ੀ ਖੁਸ਼ੀ ਸਭ ਕੁਛ ਹੋ। ਪਾਹੁਲ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਆਪਣੇ ਕੋਲ ਇਸ ਲਾਈਫ 'ਚ ਲਈ ਹੈ, ਤਾਂ ਮੈਂ ਇੱਕ ਦੁਆ ਕਰਦੀ ਹਾਂ ਪਾਹੁਲ, ਤੂੰ ਆਪਣੀ ਅਗਲੀ ਲਾਈਫ 'ਚ ਇਸ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਰਹੇ ਅਤੇ ਖੁਸ਼ੀ ਸਾਰੇ। ਦੋਨੋਂ ਖੁਸ਼ ਰਹੋ, ਆਉਣ ਵਾਲੀ ਜ਼ਿੰਦਗੀ ਬਹੁਤ ਖੁਸ਼ੀ ਵਾਲੀ ਹੋਵੇ। ਖੁਸ਼ ਰਹੋ ਬਸ, ਜਿੰਨਾ ਖੁਸ਼ ਤੁਸੀਂ ਰਹੋਗੇ ਮਾਂ ਬਾਪ ਨੂੰ ਓਨਾ ਹੀ ਜ਼ਿਆਦਾ ਖੁਸ਼ੀ ਹੋਏਗੀ। ਆਪਣੇ ਘਰ ਜਾਓ, ਘਰ ਨੂੰ ਵਧੀਆ ਚੰਗ ਤਰੀਕੇ ਨਾਲ ਬਣਾਓ, ਚਲਾਓ। ਖੁਸ਼ ਰਹੋ ਅਤੇ ਖੁਸ਼ ਰੱਖੋ, ਖੁਸ਼ ਰਹੋ ਅਤੇ ਖੁਸ਼ ਰੱਖੋ ਸਾਰਿਆਂ ਨੂੰ।
ਇਟ ਵਾਸ ਆਲ ਟੁਗੈਦਰ ਅ ਵੈਰੀ ਡਿਫਰੈਂਟ ਐਕਸਪੀਰੀਅੰਸ ਅੱਜ ਤੋਂ ਪਾਹੁਲ ਆਨੰਦ ਕਾਰਜ ਤੋਂ ਬਾਅਦ ਦੋਨੋਂ ਪਾਹੁਲ ਤੇ ਕਰਨ ਆਏ ਤਾਂ ਜੋ ਇਹ ਟੀਮ ਹੈ ਉਹਨੇ ਬੜੀ ਮਿਹਨਤ ਕੀਤੀ ਹੋਈ ਸੀ ਉਹਨਾਂ ਦੀ ਪੂਰੀ ਲਾਈਫ ਨੂੰ ਦਿਖਾਇਆ ਬਚਪਨ ਤੋਂ ਲੈ ਕੇ ਕਿਸ ਤਰ੍ਹਾਂ ਉਹ ਵੱਡੀ ਹੋਈ ਕਿਸ ਤਰ੍ਹਾਂ ਉਹ ਪੜ੍ਹੀ ਕਿਸ ਤਰ੍ਹਾਂ ਉਹਨੂੰ ਮਾਂ ਬਾਪ ਨੇ ਚਾਵਾਂ ਨਾਲ ਪਾਲਿਆ ਉਹਦੇ ਸਾਰੇ ਸੀਨ ਬਹੁਤ ਹੀ ਜ਼ਿਆਦਾ ਜਿਹੜਾ ਇਮੋਸ਼ਨਲ ਜਿਹਾ ਹੋ ਗਿਆ ਸਾਰਾ ਮਾਹੌਲ ਹਾਲ ਦਾ ਅਤੇ ਬਹੁਤ ਹੀ ਮਿਹਨਤ ਕਰਕੇ ਇਸ ਟੀਮ ਨੇ ਜਿਹੜਾ ਉਹ ਪੂਰੀ ਦੀ ਪੂਰੀ ਉਹਦੀ ਲਾਈਫ ਨੂੰ ਪਿਕਚਰਾਈਜ਼ ਕੀਤਾ ਉਹਦੇ ਲਈ ਮੈਂ ਦਿਲੋਂ ਸਲੂਟ ਕਰਨਾ ਚਾਹੁੰਦਾ ਇਸ ਟੀਮ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਥੈਂਕ ਯੂ ਆਲ ਦੀ ਬੈਸਟ ਏਦਾਂ ਹੀ ਬੈਠੀ ਰਹਿ ਤੂੰ ਹੱਥ ਮੇਰੇ ਹੱਥ ਵਿੱਚ ਦੇ ਕੇ ਸੁਪਨੇ ਦੇਖਣ ਲੱਗਿਆ ਹਾਂ ਸੋ ਰੱਬ ਦੀ ਤੈਨੂੰ ਲੈ ਕੇ ਚੁੱਪ ਕਰ ਕੁਝ ਬੋਲੀ ਨਾ ਭੁੱਲੀਆਂ ਤੂੰ ਖੋਲੀ ਨਾ ਜਾਣੇ ਮੇਰਾ ਖੁਦਾ ਨਜ਼ਰਾਂ ਨਾਲ ਨਜ਼ਰ ਮਿਲਾ ਆਪੇ ਸਮਝ ਲਈਏ ਮੈਂ ਦਿਲ ਦੀ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾ ਚੋਂ ਪੜ ਲਈਏ ਮੈਂ ਹਾਂ ਦਿਲ ਦੀ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾ ਚੋਂ ਪੜ ਲਈਏ